ਫਾਜ਼ਿਲਕਾ ਦੀ ਨਵੀਂ ਆਬਾਦੀ ਦੇ ਵਿੱਚ ਚੰਦੋਰਾ ਮੁਹੱਲੇ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਸੇਵਾ ਸਮਿਤੀ ਵੱਲੋਂ ਮਨਾਇਆ ਗਿਆ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਦਾ ਜਨਮ ਦਿਨ ਕੀਤਾ ਗਿਆ ਲੰਗਰ ਦਾ ਆਯੋਜਨ। ਫਾਜ਼ਿਲਕਾ ਦੀ ਨਵੀਂ ਆਬਾਦੀ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਸੇਵਾ ਸਮਿਤੀ ਵੱਲੋਂ ਚੰਦੋਰਾ ਮੁਹੱਲੇ ਦੇ ਵਿੱਚ ਚੰਦੋਰਾ ਧਰਮਸ਼ਾਲਾ ਦੇ ਵਿੱਚ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ 'ਤੇ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਲੰਗਰ ਦੇ ਆਯੋਜਨ ਦੇ ਵਿੱਚ ਅਮਿਤ ਸਰੋਵਾ ਪ੍ਰਧਾਨ, ਵਿਜੇ ਸਰੋਵਾ ਚੇਅਰਮੈਨ, ਦੇਸ਼ ਰਾਜ ਉਪ ਪ੍ਰਧਾਨ ਬਨਵਾਰੀ ਲਾਲ ਕੈਸ਼ੀਅਰ, ਰਵੀ ਕੁਮਾਰ ਸੈਕਟਰੀ, ਜਗਦੀਸ਼ ਸਰੋਵਾ ਬੂਟਾ ਰਾਮ, ਸੁਨੀਲ ਕੁਮਾਰ ਅਰੋੜਾ, ਗੰਗਾ ਰਾਮ, ਸੂਰਜਪਾਲ, ਸੈਮ, ਅਜੇ, ਦਿਵਾਂਸ਼ੂ, ਮਨੋਜ, ਪਵਨ ਸਰੋਵਾ, ਨਵਜੋਤ, ਪਾਰਸ, ਨਿਤਿਨ, ਤਰੁਣ, ਕ੍ਰਿਸ਼ ਆਦਿ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਲੰਗਰ ਦੇ ਵਿੱਚ ਯੋਗਦਾਨ ਪਾਇਆ। ਇਸ ਮੌਕੇ 'ਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਉਪਸਥਿਤ ਰਹੇ, ਜਿਨ੍ਹਾਂ ਵੱਲੋਂ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਜੀ ਨੂੰ ਉਹਨਾਂ ਦੇ ਜਨਮ ਦਿਨ 'ਤੇ ਚਰਚਾ ਨਮਨ ਵੀ ਕੀਤਾ ਗਿਆ। ਕੀ ਨਾਂ ਤੁਹਾਡਾ? ਸਰ ਨਵਜੋਤ। ਕਿਸ ਤਰ੍ਹਾਂ ਦਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ ਤੁਹਾਡੇ ਵੱਲੋਂ? ਸਰ ਸ਼੍ਰੀ ਰਵਿਦਾਸ ਸੇਵਾ ਸਮਿਤੀ ਰਜਿਸਟਰ ਫਾਜ਼ਿਲਕਾ ਨਗਰ ਨਿਵਾਸੀ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਵ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਨਗਰ ਨਿਵਾਸੀ ਸਹਿਯੋਗ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ। ਜਿਹਨਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਗੱਲ ਕਰਦਾ ਮੈਂ, ਉਹਨਾਂ ਜਨਮ ਇਹ ਆਪਣੇ 14 ਅਪ੍ਰੈਲ 1891 ਈਸਵੀ ਮਹੂ ਜ਼ਿਲ੍ਹੇ ਮੱਧ ਪ੍ਰਦੇਸ਼ ਵਿੱਚ ਹੋਇਆ, ਜਿਨ੍ਹਾਂ ਨੇ ਦਲਿਤ ਸਮਾਜ ਦੀ ਗੁਲਾਮੀ ਗੁਲਾਮੀ ਜ਼ੰਜੀਰਾਂ ਵਿੱਚ ਜਕੜੇ ਹੋਏ ਸੀ ਉਹਨਾਂ ਨੂੰ ਆਜ਼ਾਦ ਕਰਾਇਆ। ਨਾਰੀ ਦੇ ਲਈ ਵੀ ਬਾਬਾ ਸਾਹਿਬ ਨੇ ਬਹੁਤ ਹੀ ਮਤੀ ਉੱਦਮ ਕਦਮ ਚੱਕਿਆ। ਅੱਜ ਜੋ ਵੀ ਨਾਰੀ ਹੈ, ਮਤਲਬ ਟੀਚਰ ਹੈ, ਇਹ ਆਪਣੇ ਗੌਰਮੈਂਟ ਜੋਬ 'ਤੇ ਹੈ, ਉਹ ਸਭ ਬਾਬਾ ਸਾਹਿਬ ਦੀ ਦੇਣ ਹੈ। ਅਤੇ ਇਸ ਲਈ ਅਸੀਂ ਸਾਰੇ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਜਨਮਦਿਨ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹਾਂ। ਅਤੇ ਬਹੁਤ ਹੀ ਸਾਨੂੰ ਆਪਣੇ ਸਹਿਯੋਗ ਮਿਲਦਾ ਹੈ ਨਗਰ ਨਿਵਾਸੀਆਂ ਦੇ ਨਾਲ। ਅਤੇ ਅਸ ਤਾਂ ਬਾਬਾ ਸਾਹਿਬ ਨੇ ਇੱਕ ਸੰਦੇਸ਼ ਦਿੱਤਾ ਸੀ, ਪੜ੍ਹੋ ਜੁੜੋ ਸੰਘਰਸ਼ ਕਰੋ, ਉਹ ਵੀ ਅਸੀਂ ਟੀਚਰ ਲੈ ਕੇ ਸਾਰਾ ਮਤੀ ਸਮਾਜ ਦੇ ਸਾਹਮਣੇ ਇਹ ਰੱਖ ਰਹੇ ਹਾਂ। ਅਤੇ ਬਹੁਤ ਹੀ ਮਤੀ ਸ਼ਰਧਾ ਦੇ ਨਾਲ ਇਹ ਉਤਸ਼ਾਹ ਮਨਾਇਆ ਜਾ ਰਿਹਾ ਗਰਮ ਦਿਹਾੜਾ ਜੀ। ਹਾਂਜੀ, ਕੀ ਕਹੋ? ਭੀਮ ਜੀ, ਹਾਂਜੀ, ਮੇਰਾ ਨਾਮ ਸੁਨੀਲ ਕੁਮਾਰ ਅਰੋੜਾ ਹੈ, ਮੈਂ ਨਈ ਆਬਾਦੀ ਫਾਜ਼ਿਲਕਾ ਦਾ ਨਿਵਾਸੀ ਹਾਂ। ਅੱਜ ਰਾਸ਼ਟਰਪਤੀ ਸਾਹਿਬ ਨੇ ਭੀਮ ਰਾਵ ਅੰਬੇਦਕਰ ਜੀ ਦਾ ਜਨਮ ਦਿਹਾੜਾ ਚੰਦੋੜ ਧਰਮਸ਼ਾਲਾ ਨਈ ਆਬਾਦੀ ਬੜੀ ਧੂਮਧਾਮ ਨਾਲ ਮਨਾਇਆ ਜਾਣਾ ਹੈ। ਹਰ ਸਾਲ ਇੱਥੇ ਧੂਮਧਾਮ ਦੇ ਨਾਲ ਜਿਹੜਾ ਮਨਾਇਆ ਜਾਂਦਾ ਹੈ, ਇਹਨਾਂ ਵਿੱਚ ਖਾਸ ਕੇ ਸੀ ਕਿ ਉਹਨਾਂ ਨੇ ਊਚ ਨੀਚ ਦੇ ਭੇਦਭਾਵ ਨੂੰ ਖਤਮ ਕੀਤਾ ਸੀ ਅਤੇ ਨਾਲ ਹੀ ਰਾਸ਼ਟਰ ਨਿਰਮਾਤਾ ਅਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ, ਪਦਮ ਸ਼੍ਰੀ ਅਵਾਰਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਅਤੇ ਇਹ ਸਾਨੂੰ ਏਕਤਾ ਦਾ ਭਾਵ ਦਿੰਦਾ ਹੈ ਕਿ ਕਿਸੇ ਨਾਲ ਭੇਦਭਾਵ ਤੋਂ ਬਿਨਾਂ ਹੀ ਬੈਠ ਕੇ ਇਕੱਠੇ ਬੈਠ ਕੇ ਲੰਗਰ ਛਕੋ ਅਤੇ ਨਾਲ ਹੀ ਬਹੁਤ ਬਹੁਤ ਜਿਹੜਾ ਲੋਕਾਂ ਦੇ ਵਿੱਚ ਸਹਿਯੋਗ ਦੀ ਭਾਵਨਾ ਦੇਖੀ ਜਾ ਰਹੀ ਹੈ। ਅਤੇ ਨਗਰ ਨਿਵਾਸੀ ਸਾਨੂੰ ਅਤੇ ਲੱਖ ਲੱਖ ਬਹੁਤ ਬਹੁਤ ਵਧਾਈ ਹੋਵੇ। ਭੀਮ ਰਾਵ ਅੰਬੇਦਕਰ ਦਾ ਜਿਹੜਾ ਜਨਮ ਦਿਹਾੜਾ ਹਰ ਸਾਲ ਅਸੀਂ ਗੁਰੂ ਰਾਮਦਾਸ ਜਯੰਤੀ ਦੇ ਵਿੱਚ ਮਨਾਉਂਦੇ ਹਾਂ। ਬਹੁਤ ਬਹੁਤ ਧੰਨਵਾਦ। ਹਾਂਜੀ ਵੀਰੇ, ਕੀ ਨਾਂ ਤੁਹਾਡਾ? ਮੇਰਾ ਨਾਮ ਸੈਮ ਕੁਮਾਰ ਹੈ ਜੀ। ਸੈਮ ਜੀ, ਕਿਸ ਤਰ੍ਹਾਂ ਦਾ ਇੱਥੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਬਾਰੇ ਦੱਸੋ? ਡਾਕਟਰ ਭੀਮ ਰਾਵ ਅੰਬੇਦਕਰ ਜੀ ਦਾ ਬਹੁਤ ਹੀ ਜਨਮ ਦਿਹਾੜਾ ਵਧੀਆ ਧੂਮਧਾਮ ਨਾਲ ਮਨਾਇਆ ਜਾ ਰਿਹਾ। ਇਸ ਜਨਮ ਉਸਤਾਹ ਦੇ ਉੱਤੇ ਗੁਰੂ ਮਹਾਰਾਜ ਜੀ ਦੇ ਪਾਠ ਦਾ ਭੋਗ ਪਾਇਆ ਗਿਆ, ਲੰਗਰ ਵਰਤਾਇਆ ਜਾ ਰਿਹਾ ਹੈ, ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਕਰਾਇਆ ਗਿਆ ਹੈ ਅਤੇ ਬੜੀ ਜਾਗਰੂਕਤਾ ਦੇ ਨਾਲ ਸਾਨੂੰ ਇਹ ਪ੍ਰੋਗਰਾਮ ਮਨਾਉਣ ਦੀ ਮਨਾਈ ਹੈ। ਬੜੀ ਧੂਮਧਾਮ ਨਾਲ ਇਹ ਪ੍ਰੋਗਰਾਮ ਮਨਾਇਆ ਗਿਆ ਹੈ। ਜੈ ਭੀਮ, ਜੈ ਭਾਰਤ।
ये बोला है जो पहला दिन के लावा के बुलवाया।
शोरत दी पौड़ी एक दिन डिग ही पैनी है, ए पैसे दी तोड़ता बंदे आ चलती।